ਸੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਟਲੀ ਦੇ ਜਿਹੜੇ ਹਾਲ ਨੇ ਕੁਝ ਇਸ ਤਰ੍ਹਾਂ ਨੇ ਇਟਲੀ ਦੇ ਵਿੱਚ ਅ ਅੱਜ 5901 ਨਵਾਂ ਕੇਸ ਆਇਆ 41 ਮਰੀਜ਼ਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਇੰਨੇ ਕੇਸ ਬਹੁਤ ਟਾਈਮ ਤੋਂ ਨਹੀਂ ਆ ਰਹਾ ਸੀ 1428 ਮਰੀਜ਼ ਠੀਕ ਹੋਏ ਨੇ ਅੱਜ ਤੇ ਇਟਲੀ ਦੇ ਵਿੱਚ ਜੋ ਹਾਲ ਹੈ ਤੁਸੀਂ ਦੇਖ ਲਿਆ ਇਟਲੀ ਦੇ ਪੇਪਰ ਵੀ ਖੁੱਲ ਗਏ ਨੇ ਇਟਲੀ ਦੇ ਪੇਪਰ 9 ਮਹੀਨਿਆਂ ਬਾਅਦ ਜਿਹਨਾਂ ਨੂੰ ਅਸੀਂ ਖੇਤੀਬਾੜੀ ਵਾਲੇ ਪੇਪਰ ਕਹਿੰਦੇ ਨੇ ਇਟਲੀ ਨੇ ਇੱਕ ਨਵਾਂ ਕਾਨੂੰਨ ਵੀ ਬਣਾਇਆ ਜੋ ਕਿ ਇਸ ਕੋਵਿਡ-19 ਨੂੰ ਰੋਕਣ ਦੇ ਲਈ ਬਣਾਇਆ ਗਿਆ ਸੀ ਉਹਦੇ ਵਿੱਚ ਨਵੀਆਂ ਚੀਜ਼ਾਂ ਸਿਰਫ ਇਹੀ ਦੱਸੀਆਂ ਗਈਆਂ ਕਿ ਸ਼ਾਮ ਨੂੰ ਜਿਹੜੀਆਂ ਦੁਕਾਨਾਂ ਨੇ 12 ਵਜੇ ਤੋਂ ਬਾਅਦ ਨਹੀਂ ਖੁੱਲਣਗੀਆਂ ਬਾਰ ਰੈਸਟੋਰੈਂਟਾਂ ਜਿਹੜੇ 12 ਵਜੇ ਤੋਂ ਬਾਅਦ ਨਹੀਂ ਖੁੱਲਣਗੇ ਪਾਰਟੀਆਂ ਦਾ ਜਿਹੜਾ ਸਿਸਟਮ ਖਤਮ ਕਰ ਦਿੱਤਾ ਗਿਆ ਜੀ ਬਾਡੇ ਦੀ ਪਾਰਟੀ ਹੋਵੇ ਪਾਸ ਹੋਣ ਦੀ ਪਾਰਟੀ ਹੋਵੇ ਕਿਸੇ ਵੀ ਪ੍ਰਕਾਰ ਦੀ ਪਾਰਟੀ ਹੈ ਹੁਣ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਵਿਆਹ ਸ਼ਾਦੀਆਂ ਦਾ ਜਿਹੜਾ ਫੰਕਸ਼ਨ ਆ ਉਹਨਾਂ ਤੇ ਵੱਧ ਤੋਂ ਵੱਧ 30 ਮੈਂਬਰਾਂ ਨੂੰ ਹੀ ਬੁਲਾਇਆ ਜਾ ਸਕਦਾ 12 ਰਾਤ ਨੂੰ 12 ਵਜੇ ਤੋਂ ਬਾਅਦ ਬੰਦ ਰਹਿਣਗੀਆਂ 9 ਵਜੇ ਤੋਂ ਬਾਅਦ ਬਾਰ ਦੇ ਉੱਤੇ ਕੋਈ ਵੀ ਆਰਡਰ ਨਹੀਂ ਲੈ ਸਕਦੇ ਅੱਛਾ ਇੱਕ ਇੱਕ ਹੋਰ ਗੱਲ ਸਾਹਮਣੇ ਆਈ ਜੀ 12 ਦੇ ਵਿੱਚ ਰਾਤ ਨੂੰ 9 ਵਜੇ ਤੋਂ ਬਾਅਦ ਆਰਡਰ ਨਹੀਂ ਲੈ ਸਕਦੇ ਪਰ ਡਿਲੀਵਰੀ ਉੱਤੇ ਕੋਈ ਰੋਕ ਸਾਹਮਣੇ ਡਿਲੀਵਰੀ چاہے ساری ਰਾਤ ਕੀਤੀ ਜਾਵੇ ਸਕੂਲ ਟ੍ਰਿਪ ਹਰ ਤਰ੍ਹਾਂ ਦੀ ਸਕੂਲ ਟ੍ਰਿਪ ਹੈ ਜਿਹੜੀ ਉਹਨੂੰ ਰੱਦ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਜੀ ਕਿਸੇ ਵੀ ਪ੍ਰਕਾਰ ਦਾ ਸਪੋਰਟ ਖੇਲਣ ਦੀ ਮਨਾਹੀ ਕੀਤੀ ਗਈ ਹੈ ਜਿੱਦਾਂ ਫੁੱਟਬਾਲ ਹੋਵੇ ਬਾਸਕਟਬਾਲ ਹੋਵੇ ਜਿਨ੍ਹਾਂ ਦੇ ਵਿੱਚ ਸੋਸ਼ਲ ਡਿਸਟੈਂਸ ਨਾ ਹੋਵੇ ਉਹਨਾਂ ਨੂੰ ਹੁਣ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਜੀ ਸਟੇਡੀਅਮ ਦੇ ਵਿੱਚ ਵੱਧ ਤੋਂ ਵੱਧ ਹਜ਼ਾਰ ਬੰਦਾ ਹੀ ਬੈਠ ਸਕਦਾ ਹੈ ਜੀ ਧਾਰਮਿਕ ਸਥਾਨਾਂ ਉੱਤੇ ਫਿਲਹਾਲ ਕੁਝ ਵੀ ਨਹੀਂ ਚੇਂਜ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਚਰਚ ਇਹਨਾਂ ਦੇ ਵਿੱਚ ਕੋਈ ਨਵੀਂ ਨਵਾਂ ਕਾਨੂੰਨ ਨਹੀਂ ਲਾਗੂ ਕੀਤਾ ਗਿਆ ਇੱਕ ਇੱਕ ਮੀਟਰੀ ਇੱਕ ਇੱਕ ਮੀਟਰ ਦੀ ਦੂਰੀ ਉੱਤੇ ਦੇ ਹਿਸਾਬ ਨਾਲ ਸੰਗਤ ਆ ਜਿਹੜੀ ਅੰਦਰ ਜਾ ਸਕਦੀ ਹੈ ਜੀ ਤੇ ਬਿਆਨ ਦੇ ਵਿੱਚ ਜਿਸ ਤਰ੍ਹਾਂ ਹੀ ਤੁਹਾਨੂੰ ਦੱਸਿਆ ਕਿ 30 ਮੈਂਬਰ ਹੀ ਹੋਣ ਲਾਈਨ ਇਹ ਕਿ ਦੀਆਂ ਤਾਂ ਵੱਧ ਬੰਦਾ ਨਹੀਂ ਜਾ ਸਕਦਾ ਸਕੂਲਾਂ ਦੇ ਬਾਰੇ ਗੱਲਬਾਤ ਪੁੱਛੀ ਜਾ ਰਹੀ ਸੀ ਸਰਕਾਰ ਨੂੰ ਕਿ ਕਿ ਸਕੂਲ ਬੰਦ ਕਰਨੇ ਚਾਹੀਦੇ ਤਾਂ ਘੱਟ ਤੋਂ ਘੱਟ ਜਿਹੜੇ 8ਵੀਂ ਤੋਂ ਉੱਤੇ ਵਾਲੇ ਬੰਦੇ ਆ ਉਹਨਾਂ ਦੇ ਜਿਹੜੇ ਸਕੂਲ ਆ ਆਨਲਾਈਨ ਕਰ ਦੇਣੇ ਚਾਹੀਦੇ ਤੇ ਸਰਕਾਰ ਨੇ ਕਿਹਾ ਜੀ ਫਿਲਹਾਲ ਇਸ ਟਾਈਮ ਆਨਲਾਈਨ ਕਰਨ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਆਨਲਾਈਨ ਕਰਨ ਦਾ ਫਿਲਹਾਲ ਰੱਦ ਕਰ ਦਿੱਤਾ ਗਿਆ ਜੀ ਹਾਂਜੀ ਹੁਣ ਜਿਹੜੇ ਸਰਪੰਚ ਆ ਗਵਰਨਰ ਆ ਪ੍ਰੈਜ਼ੀਡੈਂਟ ਆ ਅਲੱਗ ਅਲੱਗ ਸੇਟ ਤੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ ਇਸ ਤੋਂ ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਛੋਟੇ ਬੱਚੇ ਆਂਦੇ ਆ ਸ਼ਾਇਦ ਫਿਰ ਛੋਟੇ ਬੱਚਿਆਂ ਦਾ ਆਨਲਾਈਨ ਪੜਾਈ ਸ਼ੁਰੂ ਕਰ ਦਿੱਤੀ ਜਾਏ ਪਰ ਫਿਲਹਾਲ ਸਕੂਲਾਂ ਨੂੰ ਬੰਦ ਕਰਨ ਦੇ ਲਈ ਕੋਈ ਵੀ ਗੱਲਬਾਤ ਮੂਰੇ ਨਹੀਂ ਰੱਖੀ ਗਈ ਇੰਗਲੈਂਡ ਦੀ ਗੱਲ ਕਰੀ ਤਾਂ 17234 ਨਵੇਂ ਕੇਸ ਆ ਗਏ ਨੇ ਇਟਲੀ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਇਟਲੀ ਦੇ ਵਿੱਚ ਹਰ ਸਟੇਟ ਦੇ ਵਿੱਚ ਅੱਜ ਜਿਹੜੇ ਕੇਸ ਵਧੇ ਨੇ ਜੀ ਅੱਜ ਰਾਤ ਨੂੰ ਫਿਰ ਆਪਣੇ ਪ੍ਰੀਮੀਅਰ ਜੀ ਜੋਸੇਫੇ ਕੋਨਤੀ ਜੀ ਲਾਈਵ ਹੋਣਗੇ ਤੇ ਉਹ ਦੱਸਣਗੇ ਇਟਲੀ ਦੇ ਬਾਰੇ ਹੋ ਸਕਦਾ ਕੋਈ ਨਵਾਂ ਕੋਈ ਨਵਾਂ ਕਾਨੂੰਨ ਲਾਗੂ ਕਰਨ ਉਸ ਤੋਂ ਬਾਅਦ ਇੱਕ ਹੋਰ ਬਹੁਤ ਹੀ ਭਿਆਨਕ ਕਹਿ ਸਕਦੇ ਆ ਬੈਡ ਨਿਊਜ਼ ਕਹਿ ਸਕਦੇ ਆ ਜੋ ਕਿ ਹੈ ਜੀ ਇਹ ਜੋ ਵੈਕਸੀਨ ਬਣ ਰਹੀ ਸੀ ਇੱਕ ਵਾਰ ਫਿਰ ਵੈਕਸੀਨ ਨੂੰ ਜਿਹੜੀ ਜੋਂਸਨ ਐਂਡ ਜੋਂਸਨ ਇਸ ਵੈਕਸੀਨ ਉੱਤੇ ਰੋਕ ਲਾਈ ਪਈ ਰੋਕਣਾ ਪੈ ਗਿਆ ਰੁਕਣ ਦਾ ਕਾਰਨ ਕੀ ਹੈ ਜੀ ਇੱਕ ਬੰਦਾ ਜੋ ਵਲੰਟੀਅਰ ਸੀ ਟੈਸਟ ਕਰ ਰਿਹਾ ਜੀ ਉਹ ਨੂੰ ਵੀ ਕੋਝ ਅਚਾਨਕ ਇੱਕ ਨਵੇਂ ਤਰ੍ਹਾਂ ਦੀ ਬਿਮਾਰੀ ਸਾਹਮਣੇ ਆਈ ਹੈ ਜਿਹਦੇ ਬਾਰੇ ਫਿਲਹਾਲ ਡਾਕੂਮੈਂਟਡ ਨਹੀਂ ਕੀਤਾ ਗਿਆ ਸੀ ਇਸ ਟਾਈਮ ਐਗਜ਼ੈਕਟ ਨਹੀਂ ਦੱਸਿਆ ਗਿਆ ਕਿ ਉਸ ਬੰਦੇ ਦੇ ਨਾਲ ਹੋਇਆ ਕੀ ਹੈ ਪਰ ਜਿਹੜੀ ਜੌਨਸਨ ਐਂਡ ਜੌਨਸਨ ਦੀ ਵੈਕਸੀਨਾਂ ਨੂੰ ਬੰਦ ਕਰ ਦਿੱਤਾ ਗਿਆ ਜੀ ਆਸਟਰਾ ਜ਼ੇਨ ਕਾ ਯੂਨੀਵਰਸਿਟੀ ਆਕਸਫੋਰਡ ਦੇ ਜਿਹੜੀ ਵੈਕਸੀਨ ਤਿਆਰ ਹੋ ਰਹੀ ਸੀ ਉਹਨਾਂ ਦੇ ਨਾਲ ਜੇ ਦੇਖਿਆ ਜਾਵੇ ਦੂਸਰੀ ਵਾਰੇ ਸਟਾਪ ਲੱਗਾ ਹੈ ਜੀ ਤੇ ਹੁਣ ਗੱਲ ਕੁਛ ਨਹੀਂ ਜੀ ਕੁਛ ਦਿਨਾਂ ਬਾਅਦ ਹਫਤੇ ਦੇ 10 ਦਿਨਾਂ ਬਾਅਦ ਫਿਰ ਦੁਬਾਰਾ ਇਹ ਤਿਆਰ ਕੀਤੇ ਜਾਣਗੇ ਫਿਲਹਾਲ ਸਿਰਫ ਇੱਕ ਹੀ ਬੰਦੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਅਲਰਜੀ ਆਈ ਹੈ ਜਿਸ ਕਾਰਨ ਇਸ ਇਸ ਜਿਹੜੀ ਵੈਕਸੀਨ ਨੂੰ ਹੁਣ ਤਿਆਰ ਹੋਣ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਸੇ ਕਰਕੇ ਜੀ ਇਹ ਜੋ ਵੈਕਸੀਨ ਬਣਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਕਿਉਂਕਿ ਜਿਹੜੇ ਦੇਸ਼ ਨੇ ਕਿਸੇ ਦੇ ਵੀ ਕਿਸੇ ਨੂੰ ਵੀ ਖਤਰੇ ਦੇ ਵਿੱਚ ਨਹੀਂ ਪਾਣਾ ਚਾਹਦੇ ਤਾਂ ਜੋ ਕੋਈ ਬੰਦਾ ਖਤਰੇ ਦੇ ਵਿੱਚ ਨਾ ਪੈ ਜਾਵੇ ਤੇ ਇਸ ਅੱਜ ਦੇ ਸਾਡੇ ਮੇਨ ਮੇਨ ਅਪਡੇਟ ਇਟਲੀ ਦੇ ਪੇਪਰਾਂ ਬਾਰੇ ਸਾਡੀ ਪਹਿਲੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੀ ਮਿਲਦੇ ਜੀ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਨਾ ਜੀ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ